ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਜੇਕਰ ਤੁਸੀਂ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲਵੋ ਤਾਂ ਕਿ ਆਉਣ ਵਾਲੀਆਂ ਡੇਲੀ ਵਿਕਾਊ ਮਸ਼ੀਨਰੀਆਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖ ਸਕੋ ਹੁਣ ਗੱਲ ਕਰਦੇ ਆਂ ਵੀਡੀਓ ਦੀ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਹੇਠੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਐ ਇਹ ਸਾਰੀ ਡਿਟੇਲ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਡੇਲੀ ਤਰ੍ਹਾਂ ਸੇਲ ਦੇ ਵਿੱਚ ਇਹ ਚੀਜ਼ਾਂ ਨੇ ਆਪਣੇ ਕੋਲ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਦੋ ਟਰਾਲੀਆਂ ਨੇ ਡਬਲ ਜੈਕ ਵਾਲੀਆਂ ਇੱਕ ਟਰਾਲੀ 14 ਬਾਈ 7 ਫੁੱਟੀ ਐ ਤੇ ਇੱਕ ਟਰਾਲੀ 16 ਬਾਈ 7 ਫੁੱਟੀ ਐ ਅਰਜੁਨ ਨੋਵੋ 605 ਡੀਆਈ ਟਰੈਕਟਰ ਐ 7 ਫੁੱਟਾ ਸੁਪਰ ਸੀਡਰ ਐ 18 ਤਵੀਆਂ ਤੇ 11 ਕਲਟੀਵੇਟਰ ਐ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅਰਜੁਨ ਨੋਵੋ 605 ਡੀਆਈ ਟਰੈਕਟਰ ਦੀ 2014 ਮਾਡਲ ਟਰੈਕਟਰ ਐ ਤੇ ਟਰੈਕਟਰ ਦਾ ਜੋ ਏਰੀਆ ਐ ਉਹ ਸ਼ਰੀ ਮੁਖਸਰ ਸਾਹਿਬ ਏਰੀਆ ਜਿੱਥੇ ਟਰੈਕਟਰ ਵਿਕਾਊ ਹੈ ਸਾਰਾ ਆਲ オリジナル ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਨਾਲ ਦਾ ਹੈ ਕਿਤੇ ਵੀ ਦੁਬਾਰਾ ਪੇਂਟ ਨਹੀਂ ਹੋਇਆ ਸਾਫ ਸੁਥਰਾ ਇਕਦਮ ਸ਼ਾਈਨਿੰਗ ਦੇ ਵਿੱਚ ਪੇਂਟ ਪਿਆ ਹੈ ਕਿਤੇ ਕੋਈ ਡੈਮੇਜ ਨਹੀਂ ਪੰਜਾਬ ਨੰਬਰ ਹੈ ਟਰੈਕਟਰ ਦੇ ਜੋ ਟਾਇਰ ਨੇ 70 75 ਪੈਸੇ ਟਰੈਕਟਰ ਦੇ ਟਾਇਰ ਲੱਗੇ ਹੋਏ ਹੈ ਚਾਰੇ ਟਾਇਰਾਂ ਦੀ ਇੱਕੋ ਜੀ ਕੰਡੀਸ਼ਨ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਤੇ ਡਬਲ ਪੀਟ ਨਾਲ ਹੈ 3 ਸਪੀਡ ਟਰੈਕਟਰ ਹੈ ਜੋ ਕਿ ABC ਗਿਰਾਂ ਦੇ ਵਿੱਚ ਆਉਂਦਾ ਹੈ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਬਾਅ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਮਾਲਕਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 4,55,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ 14/7 ਫੁੱਟੀ ਡਬਲ ਜੈਕ ਵਾਲੀ ਟਰਾਲੀ ਦੀ ਟਰਾਲੀ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਟਰਾਲੀ ਵਿਕਾਊ ਹੈ ਕੰਡੀਸ਼ਨ ਟਰਾਲੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਟਰਾਲੀ ਹੈ ਬਹੁਤ ਸੋਹਣੇ ਤਰੀਕੇ ਨਾਲ ਟਰਾਲੀ ਨੂੰ ਤਿਆਰ ਕੀਤਾ ਗਿਆ ਹੈ ਡੀ ਲਕਸ ਮਾਡਲ ਹੈ ਟਰਾਲੀ ਮੱਛੀ ਹੁੱਕ ਲੱਗੀ ਹੋਈ ਹੈ ਬਾਕੀ ਡਬਲ ਟੈਰੀ ਹੈ ਪੇਂਟ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਕੁਆਲਿਟੀ ਦਾ ਪੇਂਟ ਕੀਤਾ ਗਿਆ ਹੈਗਾ ਇਕਦਮ ਸ਼ਾਈਨਿੰਗ ਦੇ ਵਿੱਚ ਪੇਂਟ ਹੈ ਟਰਾਲੀ 2 ਫੁੱਟ ਵਾਡੀ ਹੈ ਤੇ ਤੇਨੇ ਫੁੱਟਾ ਵਿੱਢ ਲੱਗਿਆ ਹੋਇਆ ਹੈ ਜਾਲੀ ਵਾਲਾ ਵਿੱਢ ਹੈ ਹੜੰਬੇ ਵਾਲੀ ਜਾਲੀ ਲੱਗੀ ਹੋਈ ਹੈ ਜਿਸ ਨੂੰ ਆਪਾਂ ਮੋਟੀ ਜਾਲੀ ਬੋਲ ਦਿੰਨੇ ਆ ਟਰਾਲੀ ਦੇ ਟਾਇਰਾਂ ਦੇ ਦੋਵੇਂ ਸਾਈਡਾਂ ਤੇ ਬੀਲ ਕੱਪ ਚੜੇ ਹੋਏ ਹੈ ਬਾਕੀ ਡਬਲ ਜੈਕ ਵਾਲੀ ਟਰਾਲੀ ਹੈਗੀ ਕੋਈ ਕਮੀ ਪੇਸ਼ ਨਹੀਂ ਟਰਾਲੀ ਦੇ ਵਿੱਚ ਹੈਵੀ ਕੁਆਲਿਟੀ ਟਰਾਲੀ ਬਣੀ ਹੋਈ ਹੈ ਤੇ ਮਾਲਕਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 285000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ 11 ਹਲਾਂ ਦੀ ਜਿਨ੍ਹਾਂ ਨੂੰ ਆਪਾਂ ਕਲਟੀਵੇਟਰ ਬੋਲ ਦਿੰਦੇ ਆਂ ਹਲਾਂ ਦਾ ਜੋ ਏਰੀਆ ਹੈ ਉਹ ਪੱਟੀ ਏਰੀਆ ਹੈ ਜਿੱਥੇ ਹਲ ਵਿਕਾਉ ਨੇ ਕੰਡੀਸ਼ਨ ਹਲਾਂ ਹੀ ਤੁਸੀਂ ਦੇਖ ਸਕਦੇ ਹੋ ਸਪਰਿੰਗਾਂ ਵਾਲੇ ਹਲ ਹੈ ਬਾਕੀ ਬਹੁਤ ਹੀ ਜ਼ਿਆਦਾ ਸੁਣੀ ਕੰਡੀਸ਼ਨ ਦੇ ਵਿੱਚ ਹਲ ਖੜੇ ਨੇਗੇ ਬਿਲਕੁਲ ਨਵੇਂ ਫਾਲੇ ਲੱਗੇ ਹੋਏ ਐ ਬਾਕੀ ਬਿਲਕੁਲੀ ਨਵਾਂ ਪੇਂਟ ਹੋਇਆ ਹੈ ਕੋਈ ਵੀ ਕਮੀ ਪੇਸ਼ ਨਹੀਂ ਇੱਕਦਮ ਸ਼ੁੱਧ ਹਾਲ ਹੈ ਵਧੀਆ ਚੱਲਦੇ ਆ ਹੈਵੀ ਕੁਆਲਿਟੀ ਦੇ ਬਣੇ ਹੋਏ ਨੇਗੇ ਬਾਹ ਕੇ ਚਲਾ ਕੇ ਚੈੱਕ ਕਰਕੇ ਹਲਾਂ ਨੂੰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਹਲਾਂ ਦੇ ਵਿੱਚ ਤੇ ਮਾਲਕਾਂ ਨੇ ਹਲਾਂ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 26000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਹਾਲ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ 7 ਫੁੱਟ ਸੁਪਰ ਸੀਡਰ ਦੀ 2020 ਕੀ ਮਾਡਲ ਸੁਪਰ ਸੀਡਰ ਹੈ ਤੇ ਇਸ ਦਾ ਜੁਵੇਰੀਆ ਉਹ ਬਾਗਾ ਪੁਰਾਣਾ ਏਰੀਆ ਹੈ ਜਿਲ੍ਹਾ ਮੋਗਾ ਜਿੱਥੇ ਸੁਪਰ ਸੀਡਰ ਪਿਕਅੂ ਹੈ ਕੰਡੀਸ਼ਨ ਸੁਪਰ ਸੀਡਰ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਸੁਪਰ ਸੀਡਰ ਖੜਾ ਹੈ ਵਧੀਆ ਕੰਡੀਸ਼ਨ ਦੇ ਵਿੱਚ ਪੇਂਟ ਪੇ ਹੈ ਕਿਤੇ ਕੋਈ ਡੈਮੇਜ ਨਹੀਂ ਡਿਸਕਾਊਂਟ ਵਾਲਾ ਸੁਪਰ ਸੀਡਰ ਹੈਗਾ ਬਾਕੀ ਵਧੀਆ ਚੱਲਦਾ ਹੈ ਇਕਦਮ ਸ਼ੁੱਧ ਹੈਗਾ ਬਾਕੀ ਤੁਸੀਂ ਅੰਦਰੋਂ ਦੇਖ ਸਕਦੇ ਹੋ ਬਹੁਤੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਖੜਾ ਹੈ ਸੁਪਰ ਸੀਡਰ ਦੇ ਜੋ ਬਲੇਡ ਨੇ 70 ਪੈਸੇ ਬਲੇਡ ਪਏ ਆ। ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਬਲੇਡ ਨੇ ਕੋਈ ਕਮੀ ਪੇਸ਼ ਨਹੀਂ ਤੇ ਮਾਲਕਾਂ ਨੇ ਇਹ ਸੁਪਰ ਸੀਡਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,13,000 ਰੁਪਏ। ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਆ। ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਸੁਪਰ ਸੀਡਰ ਉਹਨਾਂ ਤੋਂ ਖਰੀਦ ਸਕਦੇ ਹੋ। ਹੁਣ ਗੱਲ ਕਰਦੇ ਆ 16x7 ਫੁੱਟੀ ਡਬਲ ਜੈਕ ਵਾਲੀ ਟਰਾਲੀ ਦੀ ਟਰਾਲੀ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਟਰਾਲੀ ਵਿਕਾਊ ਹੈ ਕੰਡੀਸ਼ਨ ਟਰਾਲੀ ਦੀ ਤੁਸੀਂ ਦੇਖ ਸਕਦੇ ਆ ਡੀਲਕਸ ਮਾਡਲ ਹੈ ਟਰਾਲੀ ਟਰਾਲੀ 2 ਫੁੱਟ ਵਾੜੀ ਹੈ 2.5 ਫੁੱਟ ਵਡ ਲੱਗਿਆ ਹੋਇਆ ਹੈ ਜਾਲੀ ਵਾਲਾ ਵਿੱਡਾ ਹੈ ਬਾਕੀ ਡਬਲ ਲਿਫਟ ਫਰਮ ਵਾਲੀ ਟਰਾਲੀ ਟਰਾਲੀ ਦੇ ਜੋ ਟਾਇਰ ਨੇ 70 ਮੇਸੇ ਟਰਾਲੀ ਦੇ ਟਾਇਰ ਲੱਗੇ ਹੋਏ ਆ ਚਾਰੇ ਟਾਇਰਾਂ ਦੀ ਇੱਕੋ ਜੀ ਕੰਡੀਸ਼ਨ ਹੈ ਬੇਦਕ ਸਾਫ਼ ਸੁਥਰੇ ओरिजिनल ਪੱਕੇ ਟਾਇਰ ਹੈ ਕਿਤੇ ਕੋਈ ਕੱਟ ਵਗੈਰਾ ਨਹੀਂ ਟਰਾਲੀ 10 ਨਟੀ ਹੱਬ ਹੈ ਤੇ 10 ਇੰਚੀ ਚਾਸੀ ਲੱਗੀ ਹੋਈ ਹੈ 4 ਐਮ ਐਮ ਦਾ ਫਰਸ਼ ਲੱਗਿਆ ਹੋਇਆ ਤੇ ਮੱਛੀ ਹੁੱਕ ਲੱਗੀ ਹੈ ਹੈਵੀ ਕੁਆਲਿਟੀ ਟਰਾਲੀ ਬਣੀ ਹੋਈ ਹੈ ਕੋਈ ਕਮੀ ਪੇਸ਼ੀ ਟਰਾਲੀ ਦੇ ਵਿੱਚ ਤੇ ਮਾਲਕਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 295000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ 18 ਤਵੀਆਂ ਦੀ ਜਿਨ੍ਹਾਂ ਨੂੰ ਆਪਾਂ ਹੈਰੋ ਬੋਲ ਦਿੰਨੇ ਆਂ ਤਵੀਆਂ ਦਾ ਜੋ ਏਰੀਆ ਹੈ ਉਹ ਜ਼ਿਲ੍ਹਾ ਮਲੇਰਕੋਟਲਾ ਏਰੀਆ ਹੈ ਜਿੱਥੇ ਤਵੀਆਂ ਵਿਕਾਊ ਨੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਨਵੇਂ ਤਵੇ ਲੇਗੇ ਕੁਈਕਮੇ ਬਿਜਿਨੀ ਹੈਵੀ ਕੁਆਲਿਟੀ ਦੀਆਂ ਤਵੀਆਂ ਬਣੀਆਂ ਹੋਈਆਂ ਹਿੱਸੇ ਵਾਲੀਆਂ ਤਵੀਆਂ ਨੇਗੀਆਂ ਬਾਕੀ ਫੁੱਲ ਹੈਵੀ ਫਰੇਮ ਹੈਗਾ 4 ਇੰਚੀ ਲੱਗਿਆ ਹੋਇਆ ਫਰੇਮ ਤਵੀਆਂ ਦੇ ਕਿਤੇ ਵੀ ਵੈਲਡਿੰਗ ਨਹੀਂ ਹੋਈ ਹੋਈਗੀ ਬਹੁਤ ਹੀ ਸੋਹਣੇ ਤਰੀਕੇ ਨਾਲ ਤਵੀਆਂ ਨੂੰ ਤਿਆਰ ਕੀਤਾ ਗਿਆ ਹੈ ਬਾਕੀ ਹੈਵੀ ਕੁਆਲਿਟੀ ਦੀਆਂ ਬਣੀਆਂ ਹੋਈਆਂ ਨੇਗੀਆਂ ਤੇ ਮਾਲਕਾਂ ਨੇ ਇਹਨਾਂ ਤਵੀਆਂ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 69000 ਰੁਪਏ ਅਕੀਮੋਕੇ ਤੇ ਲਸੂ ਯੂਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਤਵੀਆਂ ਉਹਨਾਂ ਤੋਂ ਖਰੀਦ ਸਕਦੇ ਹੋ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਹੋਏ ਐ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਉਹ ਜਰੂਰ ਦੱਸਦਿਆ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਸ਼ੀਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਨੇ ਆ ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਤੇ ਮਿਸ ਨਾ ਕਰ ਸਕੋ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ ਇਸੇ ਤਰ੍ਹਾਂ ਜਿਹੜੇ ਆਪਣੇ ਚੈਨਲ ਦੇ ਡਾਇਰੈਕਟਰ ਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਕੱਲ ਨੂੰ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ